ਸਾਢੇ 6 ਸਾਲ ਦੀ ਬੱਚੀ ਦੇ ਨਾਲ ਗੁਆਂਢੀ ਦੇ ਵੱਲੋਂ ਰੇਪ ਕੀਤਾ ਗਿਆ। ਅੱਧੀ ਰਾਤ ਨੂੰ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਬੱਚੀ ਨੂੰ ਉਠਾ ਕੇ ਆਪਣੇ ਕਮਰੇ ਦੇ ਵਿੱਚ ਲੈ ਗਿਆ, ਫਿਰ ਉਸ ਦੇ ਨਾਲ ਰੇਪ ਕੀਤਾ ਗਿਆ। ਦੱਸ ਦਈਏ ਕਿ ਇਸ ਬੱਚੀ ਦੀ ਮਾਂ ਨੇ ਸਵੇਰੇ ਇਸ ਨੂੰ ਦੇਖਿਆ ਤਾਂ ਬੱਚੀ ਖੂਨ ਦੇ ਨਾਲ ਲੱਥਪੱਥ ਸੀ। ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ। ਲੁਧਿਆਣਾ ਦੇ ਅਰੋੜਾ ਪੈਲਸ ਦੇ ਨਜ਼ਦੀਕ ਇੱਕ ਬੇੜੇ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਸਾਹਮਣੇ ਹੀ ਕਮਰੇ ਦੇ ਵਿੱਚ ਰਹਿਣ ਵਾਲੀ ਇੱਕ 6.5 ਸਾਲ ਦੀ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਪਰਚਾ ਦਰਜ ਕੀਤਾ। ਪਰਿਵਾਰ ਨੇ ਦੱਸਿਆ ਕਿ ਉਹ ਸੁੱਤੇ ਸੀ ਜਦੋਂ ਰਾਤ 2:30 ਵਜੇ ਇਹ ਆਰੋਪੀ ਉਹਨਾਂ ਦੀ ਬੱਚੀ ਨੂੰ ਉਠਾ ਕੇ ਆਪਣੇ ਕਮਰੇ ਦੇ ਵਿੱਚ ਲੈ ਗਿਆ, ਜਿੱਥੇ ਉਸਦੇ ਨਾਲ ਇਸਨੇ ਦੁਸ਼ਕਰਮ ਕੀਤਾ। ਇਹ ਸਾਡੇ ਕੋਲ ਕੱਲ੍ਹ ਸਵੇਰ ਕੰਡੋਰਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਮਤਲਬ ਜਿਹੜਾ ਹੈਗਾ ਅਰੋੜਾ ਪੈਲਸ ਹੈ ਉਹਦੀ ਬੈਕ ਸਾਈਡ 'ਤੇ ਵਿਹੜਾ ਹੈ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ, ਉੱਥੇ ਇੱਕ ਬੱਚੀ ਨਾਲ ਰੇਪ ਹੋਇਆ ਹੈਗਾ। ਜਦੋਂ ਸਾਡੇ ਉੱਥੇ SHO IOS ਉੱਥੇ ਗਏ, ਉਹਨਾਂ ਨੇ ਸਾਰਾ ਪੜਤਾਲ ਕੀਤੀ ਤਾਂ ਉੱਥੇ ਜਿਹੜੀ ਬੱਚੀ ਦੀ ਮਦਰ ਨੇ ਬਿਆਨ ਲਿਖਾਇਆ ਕਿ ਮਤਲਬ ਸਾਡੇ ਰਾਤ ਨੂੰ ਅਸੀਂ ਸੁੱਤੇ ਪਏ ਸੀਗੇ ਅਤੇ ਸਾਡੇ ਹੀ ਮਤਲਬ ਉਸੇ ਵਿਹੜੇ 'ਚ ਰਹਿਣ ਵਾਲਾ ਇੱਕ ਬੰਦਾ ਜਿਹੜਾ ਹੈਗਾ ਪ੍ਰਮੋਦ ਕੁਮਾਰ, ਉਹ ਮੇਰੀ ਰਾਤ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਉਹਨੇ ਕਮਰੇ 'ਚ ਜਾ ਕੇ ਉਹਨਾਂ ਨਾਲ ਮਤਲਬ ਗਲਤ ਕੰਮ ਕੀਤਾ ਹੈਗਾ। ਕਿਉਂ ਬੱਚੀ ਕਿਉਂਕਿ ਉਹਦੀ ਮਦਰ ਨੇ ਕਿਹਾ ਕਿ ਜਦੋਂ ਬੱਚੀ ਨੂੰ ਮੈਂ ਸਵੇਰੇ ਦੇਖਿਆ ਤਾਂ ਪ੍ਰਾਈਵੇਟ ਪਾਰਟਸ 'ਤੇ ਨਾ ਬਲੱਡ ਵਗੈਰਾ ਲੱਗਿਆ ਹੋਈ ਅਤੇ ਖੂਨ ਆ ਰਿਹਾ ਸੀਗਾ, ਅਤੇ ਬੱਚੀ ਨੇ ਇਸ਼ਾਰਾ ਕਰਕੇ ਕਿਹਾ ਕਿ ਇਸ ਅੰਕਲ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈਗਾ। ਇਹ ਰਾਤ ਉਹਦੀ ਮਦਰ ਦੱਸਣ ਮੁਤਾਬਕ ਵੀ 2:30 ਵਜੇ ਉਹਨੂੰ ਉਠਾ ਕੇ ਲੈ ਕੇ ਗਿਆ ਅਤੇ ਉਹਨਾਂ ਨੇ ਸਵੇਰੇ 6:30-7 ਵਜੇ ਉੱਠ ਕੇ ਦੇਖਿਆ ਹੈਗਾ ਕਿ ਬੱਚੀ ਦੇ ਜਦੋਂ ਇਹ ਵਿਹੜਾ ਹੈਗਾ, ਮਤਲਬ 2 ਮੰਜ਼ਿਲਾਂ ਬਣੀ ਹੋਈ ਹੈ ਵਿਹੜਾ ਹੈਗਾ। ਹਾਂ, ਦੋਨੋਂ ਪਰਿਵਾਰ ਪ੍ਰਵਾਸੀ, ਸਾਰੇ ਪ੍ਰਵਾਸੀ ਰਹਿੰਦੇ ਨੇ ਉੱਥੇ। ਹਾਂ, ਆਰੋਪੀ ਗ੍ਰਿਫਤਾਰ ਕਰ ਲਿਆ, ਉਹਦੀ ਅੱਗੋਂ ਤਫਤੀਸ਼ ਜਾ ਰਹੀ ਆ, ਉਹ ਹੋਰ ਫੈਕਟਸ ਜਿਹੜੇ ਹੈਗੇ ਉਹਦੇ ਇਹ 'ਚ ਅਸੀਂ FIR ਨੰਬਰ 63 ਅੰਡਰ ਸੈਕਸ਼ਨ 376 ਪੋਕਸਾਈਡ ਦੇ ਤਹਿਤ ਪਰਚਾ ਦਰਜ ਕਰਤਾ ਆ। ਤਫਤੀਸ਼ ਜਾ ਰਹੀ ਆ, ਬੱਚੀ ਦਾ ਮਤਲਬ ਮੈਡੀਕਲ ਕਰਵਾ ਲਿਆ ਗਿਆ, ਉਹ ਫਿਲਹਾਲ ਅਜੇ ਉਹ ਹੋਸਪਿਟਲ ਹੀ ਆ, ਉਹਦੇ ਫਰਦਰ ਅਜੇ ਟੈਸਟ ਵਗੈਰਾ ਹੋਣੇ ਨੇ। ਬੱਚੀ ਦੀ ਹਾਲਤ ਇਸ ਟਾਈਮ ਸਥਿਰ ਹੈ? ਸਹੀ, ਹਾਂ, ਬੱਚੀ ਬਿਲਕੁਲ ਠੀਕ ਠਾਕ ਆ, ਉਹਨੂੰ ਬਸ ਉਹਦੇ ਟੈਸਟ ਵਗੈਰਾ ਹੋਣ ਤੋਂ ਬਾਅਦ ਉਹਨੂੰ ਛੁੱਟੀ ਮਿਲ ਜਾਏਗੀ। ਬੱਚੀ ਉਹਦੇ ਮਦਰ ਦੇ ਦੱਸਣ ਮੁਤਾਬਕ 1-1.18 ਦਾ ਬਰਥ ਆ, 6.5 ਸਾਲ ਉਮਰ ਬਣਦੀ ਉਹਦੀ। ਜਾਂਚ ਕੀਤੀ? ਬਿਲਕੁਲ ਜਾਂਚ ਕੀਤੀ ਜਾ ਰਹੀ ਹੈ, ਸਾਰੇ ਸਬੂਤ ਇਕੱਠੇ ਲਿਆ ਕੇ ਦੋਸ਼ੀ ਨੂੰ ਵੱਧੋ ਸਜ਼ਾ ਦਿਲਾਈ ਜਾਏਗੀ। 6.5 ਸਾਲ ਦੀ ਬੱਚੀ ਦੇ ਨਾਲ ਗੁਆਂਢੀ ਦੇ ਵੱਲੋਂ ਰੇਪ ਕੀਤਾ ਗਿਆ। ਅੱਧੀ ਰਾਤ ਨੂੰ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਬੱਚੀ ਨੂੰ ਉਠਾ ਕੇ ਆਪਣੇ ਕਮਰੇ ਦੇ ਵਿੱਚ ਲੈ ਗਿਆ, ਫਿਰ ਉਸਦੇ ਨਾਲ ਰੇਪ ਕੀਤਾ ਗਿਆ। ਦੱਸ ਦਈਏ ਕਿ ਇਸ ਬੱਚੀ ਦੀ ਮਾਂ ਨੇ ਸਵੇਰੇ ਇਸ ਨੂੰ ਦੇਖਿਆ ਤਾਂ ਬੱਚੀ ਖੂਨ ਦੇ ਨਾਲ ਲੱਥਪੱਥ ਸੀ। ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ। ਲੁਧਿਆਣਾ ਦੇ ਅਰੋੜਾ ਪੈਲਸ ਦੇ ਨਜ਼ਦੀਕ ਇੱਕ ਬੇੜੇ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਸਾਹਮਣੇ ਹੀ ਕਮਰੇ ਦੇ ਵਿੱਚ ਰਹਿਣ ਵਾਲੀ ਇੱਕ 6.5 ਸਾਲ ਦੀ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਪਰਚਾ ਦਰਜ ਕੀਤਾ। ਪਰਿਵਾਰ ਨੇ ਦੱਸਿਆ ਕਿ ਉਹ ਸੁੱਤੇ ਸੀ ਜਦੋਂ ਰਾਤ 2:30 ਵਜੇ ਇਹ ਆਰੋਪੀ ਉਹਨਾਂ ਦੀ ਬੱਚੀ ਨੂੰ ਉਠਾ ਕੇ ਆਪਣੇ ਕਮਰੇ ਦੇ ਵਿੱਚ ਲੈ ਗਿਆ, ਜਿੱਥੇ ਉਸਦੇ ਨਾਲ ਇਸਨੇ ਦੁਸ਼ਕਰਮ ਕੀਤਾ। ਇਹ ਸਾਡੇ ਕੋਲ ਕੱਲ੍ਹ ਸਵੇਰ ਕੰਡੋਰਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਮਤਲਬ ਜਿਹੜਾ ਹੈਗਾ ਅਰੋੜਾ ਪੈਲਸ ਹੈ ਉਹਦੀ ਬੈਕ ਸਾਈਡ 'ਤੇ ਵਿਹੜਾ ਹੈ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ, ਉੱਥੇ ਇੱਕ ਬੱਚੀ ਨਾਲ ਰੇਪ ਹੋਇਆ ਹੈਗਾ। ਜਦੋਂ ਸਾਡੇ ਉੱਥੇ SHO IOS ਉੱਥੇ ਗਏ, ਉਹਨਾਂ ਨੇ ਸਾਰਾ ਪੜਤਾਲ ਕੀਤੀ ਤਾਂ ਉੱਥੇ ਜਿਹੜੀ ਬੱਚੀ ਦੀ ਮਦਰ ਨੇ ਬਿਆਨ ਲਿਖਾਇਆ ਕਿ ਮਤਲਬ ਸਾਡੇ ਮਤਲਬ ਰਾਤ ਨੂੰ ਅਸੀਂ ਸੁੱਤੇ ਪਏ ਸੀਗੇ ਅਤੇ ਸਾਡੇ ਹੀ ਮਤਲਬ ਉਸੇ ਵਿਹੜੇ 'ਚ ਰਹਿਣ ਵਾਲਾ ਇੱਕ ਬੰਦਾ ਜਿਹੜਾ ਹੈਗਾ ਪ੍ਰਮੋਦ ਕੁਮਾਰ, ਉਹ ਮੇਰੀ ਰਾਤ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਉਹਨੇ ਕਮਰੇ 'ਚ ਜਾ ਕੇ ਉਹਨਾਂ ਨਾਲ
ਮਤਲਬ ਗਲਤ ਕੰਮ ਕੀਤਾ ਹੈਗਾ। ਕੋਈ ਬੱਚੀ ਕੋਈ ਉਹਦੀ ਮਦਰ ਨੇ ਕਿਹਾ ਕਿ ਜੋ ਬੱਚੀ ਨੂੰ ਮੈਂ ਸਵੇਰੇ ਦੇਖਿਆ ਤਾਂ ਪ੍ਰਾਈਵੇਟ ਪਾਰਟਸ 'ਤੇ ਨਾ ਬਲੱਡ ਵਗੈਰਾ ਲੱਗਿਆ ਹੋਇਆ ਅਤੇ ਖੂਨ ਆ ਰਿਹਾ ਸੀਗਾ, ਅਤੇ ਬੱਚੀ ਨੇ ਇਸ਼ਾਰਾ ਕਰਕੇ ਕਿਹਾ ਕਿ ਇਸ ਅੰਕਲ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈਗਾ। ਇਹ ਰਾਤ ਉਹਦੀ ਮਦਰ ਦੱਸਣ ਮੁਤਾਬਕ ਵੀ 2:30 ਵਜੇ ਉਹਨੂੰ ਉਠਾ ਕੇ ਲੈ ਕੇ ਗਿਆ, ਅਤੇ ਉਹਨਾਂ ਨੇ ਸਵੇਰੇ 6:30-7 ਵਜੇ ਉੱਠ ਕੇ ਦੇਖਿਆ ਹੈਗਾ ਕਿ ਬੱਚੀ ਦੇ ਜਦੋਂ ਇਹ ਹਾਂ ਵਿਹੜਾ ਹੈਗਾ, ਮਤਲਬ 2 ਮੰਜ਼ਿਲਾਂ ਬਣੀ ਹੋਈਆਂ ਵਿਹੜਾ ਹੈਗਾ। ਹਾਂ, ਦੋਨੋਂ ਪਰਿਵਾਰ ਪ੍ਰਵਾਸੀ, ਸਾਰੇ ਪ੍ਰਵਾਸੀ ਰਹਿੰਦੇ ਨੇ ਉੱਥੇ। ਹਾਂ, ਆਰੋਪੀ ਗ੍ਰਿਫਤਾਰ ਕਰ ਲਿਆ, ਉਹਦੀ ਅੱਗੋਂ ਤਫਤੀਸ਼ ਜਾਰੀ ਆ, ਹੋਰ ਫੈਕਟਸ ਜਿਹੜੇ ਹੈਗੇ ਉਹਦੇ ਵਿੱਚ ਅਸੀਂ FIR 63 ਅੰਡਰ ਸੈਕਸ਼ਨ 376 ਪੋਕਸਾਈਡ ਦੇ ਤਹਿਤ ਪਰਚਾ ਦਰਜ ਕਰਤਾ ਆ। ਤਫਤੀਸ਼ ਜਾਰੀ ਆ, ਬੱਚੀ ਦਾ ਮਤਲਬ ਮੈਡੀਕਲ ਕਰਵਾ ਲਿਆ ਗਿਆ, ਉਹ ਫਿਲਹਾਲ ਅਜੇ ਉਹ ਹੋਸਪਿਟਲ ਹੀ ਆ, ਉਹਦੇ ਫਰਦਰ ਟੈਸਟ ਵਗੈਰਾ ਹੋਣੇ ਨੇ। ਬੱਚੀ ਦੀ ਹਾਲਤ ਇਸ ਟਾਈਮ ਸਥਿਰ ਹੈ? ਹਾਂ, ਬੱਚੀ ਬਿਲਕੁਲ ਠੀਕ ਠਾਕ ਆ, ਉਹਨੂੰ ਬਸ ਉਹਦੇ ਟੈਸਟ ਵਗੈਰਾ ਹੋਣ ਤੋਂ ਬਾਅਦ ਉਹਨੂੰ ਛੁੱਟੀ ਮਿਲ ਜਾਏਗੀ। ਬੱਚੀ ਉਹਦੇ ਮਦਰ ਦੇ ਦੱਸਣ ਮੁਤਾਬਕ 1/18 ਦਾ ਬਰਥ ਆ, 6.5 ਸਾਲ ਉਮਰ ਬਣਦੀ ਉਹਦੀ। ਬਿਲਕੁਲ ਜਾਂਚ ਕੀਤੀ ਜਾ ਰਹੀ ਆ, ਸਾਰੇ ਸਬੂਤ ਇਕੱਠੇ ਲਿਆ ਕੇ ਦੋਸ਼ੀ ਨੂੰ ਵੱਧ ਤੋਂ ਸਜ਼ਾ ਦਿਲਾਈ ਜਾਏਗੀ।